ਡਿਸਕ੍ਰਾਈਬ ਐਨ ਓਕੇਜ਼ਨ ਵੈਨ ਯੂ ਗੋਟ ਅਪ ਐਕਸਟ੍ਰੀਮਲੀ ਅਰਲੀ, ਕੋਈ ਇਹੋ ਜਿਹੀ ਸਿਚੁਏਸ਼ਨ ਦੱਸੋ ਜਦੋਂ ਤੁਸੀਂ ਬਹੁਤ ਹੀ ਜਲਦੀ ਉੱਠ ਗਏ ਹੋ। ਵੈਨ ਡਿਡ ਯੂ ਗੈਟ ਅਪ ਅਰਲੀ, ਕਦੋਂ ਉੱਠੇ ਹੋਗੇ, ਵਾਈ ਯੂ ਗੋਟ ਅਪ ਅਰਲੀ, ਕਿਉਂ, ਵਟ ਡਿਡ ਯੂ ਡੂ, ਕੀ ਕੀਤਾ ਅਤੇ ਹਾਓ ਯੂ ਫੈਲਟ ਅਬਾਊਟ ਇਟ, ਤੁਸੀਂ ਕੀ ਕਿਵੇਂ ਫੀਲ ਕੀਤਾ। ਠੀਕ ਹੈ, ਹੁਣ ਇਹਦਾ ਆਈਡੀਆ ਜਿਹੜਾ ਆਪਾਂ ਇਹਦੇ ਵਿੱਚ ਆਪਾਂ ਜਿਹੜਾ ਡਿਸਕਸ ਕਰਾਂਗੇ ਉਹ ਹੈਗਾ ਹੈਗਾ ਤੁਹਾਡੇ ਇਗਜ਼ਾਮ ਹੈ, ਜਿਹੜਾ ਕਿ ਮੇ ਬੀ ਮੈਂ ਜਿਹੜੀ ਸਟਾਰਟਿੰਗ ਵੀਡੀਓ ਸੀਗੀ ਉਹਦੇ ਵਿੱਚ ਵੀ ਕਿਹਾ ਹੈਗਾ, ਇਗਜ਼ਾਮ ਹੈ ਤੁਹਾਡੇ, ਤੁਸੀਂ ਕੀ ਰਾਤ ਨੂੰ ਥੋੜ੍ਹਾ ਜਲਦੀ ਸੋ ਗਏ, ਤੁਸੀਂ ਕੋਈ ਵੀ ਆਪਾਂ ਐਕਸਕਿਊਜ਼ ਲਗਾ ਕੇ ਕਹਿ ਸਕਦੇ ਵੀ ਹਾਂ ਜਲਦੀ ਸੋ ਗਿਆ। ਆਫਟਰ ਦੈਟ ਕੀ ਹੈ ਵੀ ਤੁਸੀਂ ਜਲਦੀ ਉੱਠੇ, ਕਿਉਂ, ਕਿਉਂਕਿ ਤੁਹਾਡਾ ਸਿਲੇਬਸ ਪਿਆ ਸੀਗਾ ਅਤੇ ਤੁਸੀਂ ਕੀ ਅਰਲੀ ਮੋਰਨਿੰਗ ਕੀ ਹੈ ਉੱਠ ਗਏ ਹੋ, ਬਿਕੋਜ਼ ਅਰਲੀ ਬਰਡ ਨੂੰ ਤੁਸੀਂ, ਠੀਕ ਹੈ, ਅਰਲੀ ਬਰਡ ਮੀਨਸ ਜਿਹੜਾ ਜਲਦੀ ਉੱਠਣ ਵਾਲਾ ਪਰਸਨ ਆ ਉਹ, ਠੀਕ ਹੈ, ਉਹਦੇ ਬਾਰੇ ਆਪਾਂ ਦੱਸਾਂਗੇ। ਠੀਕ ਹੈ, ਇਹਦੇ ਵਿੱਚ ਆਪਾਂ ਇੱਕ ਵਾਰ ਦੇਖਦੇ ਹਾਂ, ਸਟਾਰਟ ਕਰਦੇ ਹਾਂ। ਐਵਰੀਵਨ ਹੈਜ਼ ਹੇਅਰਡ ਦ ਫੇਮਸ ਕੋਟ, ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕ ਸਮ ਮੈਨ ਹੈਲਥੀ ਵੈਲਥੀ ਐਂਡ ਵਾਈਸ। ਹਰੇਕ ਨੇ ਇਹ ਕੋਟ, ਹਰੇਕ ਨੇ ਜਿਹੜੀ ਸੇਇੰਗ ਹੈ ਪੜ੍ਹੀ ਹੋਈ ਹੈਗੀ, ਜਿਹੜੀ ਅਰਲੀ ਟੂ ਬੈਡ ਅਰਲੀ ਟੂ ਰਾਈਜ਼, ਠੀਕ ਹੈ, ਮੇਕਸ ਅ ਮੈਨ ਹੈਲਥੀ ਵੈਲਥੀ ਐਂਡ ਵਾਈਸ, ਮੇਕਸ ਅ ਪਰਸਨ। ਠੀਕ ਹੈ, ਆਈ ਬਲੀਵ ਦੈਟ ਦਿਸ ਕੋਟ ਇਜ਼ ਟਰੂ, ਮੈਂ ਬਲੀਵ ਹੈਗਾ ਵੀ, ਮੈਂ ਬਲੀਵ ਕਰਦਾ ਹੈਗਾ ਵੀ ਇਹ ਕੋਟ ਸਹੀ ਹੈ। ਕਿਵੇਂ, ਐਂਡ ਮੋਸਟ ਆਫ ਦ ਸਕਸੈਸਫੁਲ ਪੀਪਲ ਰਾਈਜ਼ ਅਰਲੀ, ਅਤੇ ਜ਼ਿਆਦਾ ਜਿਹੜੇ ਸਕਸੈਸਫੁਲ ਪੀਪਲ ਹੈ ਉਹ ਕਿ ਜਲਦੀ ਉੱਠਦੇ ਆ। ਵੈਲ, ਆਈ ਐਮ ਅ ਮੋਰਨਿੰਗ ਪਰਸਨ, ਜਾਂ ਫਿਰ ਆਈ ਐਮ ਐਨ ਅਰਲੀ ਬਰਡ, ਕੁਛ ਵੀ ਯੂਜ਼ ਕਰ ਸਕਦੇ ਹੋ ਤੁਸੀਂ। ਹੂ ਲਵਸ ਟੂ ਗੈਟ ਅਪ ਅਰਲੀ ਇਨ ਦ ਮੋਰਨਿੰਗ, ਜਿਹੜਾ ਕਿ ਜਲਦੀ ਉੱਠਣਾ ਪਸੰਦ ਕਰਦਾ। ਆਈ ਗੈਟ ਅਪ ਐਟ ਅਰਾਊਂਡ 6 AM ਐਵਰੀ ਮੋਰਨਿੰਗ, 6 ਵਜੇ ਕੀ ਹੈ ਮੋੜਦਾ ਸਵੇਰੇ। ਦਰ ਹੈਵ ਬੀਨ ਮੈਨੀ ਟਾਈਮਸ ਵੈਨ ਆਈ ਹੈਵ ਗੋਟਨ ਅਪ ਐਕਸਟ੍ਰੀਮਲੀ ਅਰਲੀ ਐਜ਼ ਵੈਲ, ਕਾਫੀ ਇਹੋ ਜਿਹੇ ਟਾਈਮ ਵੀ ਸੀ ਜਦੋਂ ਕਿ ਬਹੁਤ ਹੀ ਜਲਦੀ ਉੱਠਿਆ ਹੈਗਾ। ਟੂਡੇ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਅ ਡੇ ਵੈਨ ਇਟ ਵਾਜ਼ ਵੈਰੀ ਇੰਪੋਰਟੈਂਟ ਫੋਰ ਮੀ ਟੂ ਵੇਕ ਅਪ ਐਟ 2 AM। ਠੀਕ ਹੈ, ਇੱਕ ਇਹੋ ਦਿਨ ਦੱਸ ਦਾਂਗਾ ਜਦੋਂ ਮੈਂ 2 ਵਜੇ ਉੱਠਿਆ ਸੀਗਾ ਸਵੇਰੇ, ਅਤੇ ਬਹੁਤ ਇੰਪੋਰਟੈਂਟ ਡੇ ਸੀ। ਕਿਵੇਂ, ਇਟ ਵਾਜ਼ ਅ ਡੇ ਆਫ ਵੈਨ ਮਾਈ ਫਾਈਨਲ ਐਗਜ਼ਾਮ ਫੋਰ 12th ਸਟੈਂਡਰਡ ਬਿਗੇਨ, ਮੇਰੇ 12th ਦੇ ਕੀ ਹੈ ਆਪਣੇ ਜਿਹੜੇ ਫਾਈਨਲ ਐਗਜ਼ਾਮ ਸੀ ਉਹ ਸਟਾਰਟ ਹੋਏ ਸੀਗੇ। ਆਈ ਰਿਮੈਂਬਰ ਦ ਡੇਟ ਵਾਜ਼ 3rd of March ਐਂਡ ਮਾਈ ਫਸਟ ਐਗਜ਼ਾਮ ਵਾਜ਼ ਆਫ ਇੰਗਲਿਸ਼, ਮੇਰਾ ਪਹਿਲਾ ਐਗਜ਼ਾਮ ਕਿਹੜਾ ਸੀਗਾ ਇੰਗਲਿਸ਼ ਦਾ ਸੀਗਾ 3rd March ਨੂੰ। ਆਲਦੋ ਆਈ ਹੈਡ ਸਟੱਡੀਡ ਵੈਲ ਥਰੂ ਆਊਟ ਦ ਈਅਰ, ਮੈਂ ਪੂਰੇ ਜਿਹੜੇ ਸਾਲ ਵੀ ਬਹੁਤ ਵਧੀਆ ਪੜ੍ਹਾਂਗਾ, ਬਟ ਆਈ ਵਾਂਟਡ ਟੂ ਗਿਵ ਮਾਈ ਬੈਸਟ ਸ਼ੋਟ ਫੋਰ ਦ ਐਗਜ਼ਾਮਸ, ਬਟ ਉਹਨਾਂ ਬੈਸਟ ਸ਼ੋਟ ਦੇਣਾ, ਬੈਸਟ ਆਪਣਾ, ਠੀਕ ਹੈ, ਦੇਣਾ, ਠੀਕ ਹੈ, ਐਗਜ਼ਾਮ ਦੇ ਵਿੱਚ ਉਹ ਮੈਂ ਪ੍ਰਪੇਅਰ ਕਰ ਰਿਹਾ ਸੀਗਾ। ਆਈ ਫਾਈਂਡ ਇਟ ਡਿਫੀਕਲਟ ਟੂ ਸਟੱਡੀ ਲੇਟ ਡਿਊਰਿੰਗ ਦ ਨਾਈਟ, ਸੋ ਆਈ ਡਿਸਾਈਡਡ ਟੂ ਗੈਟ ਅਪ ਅਰਲੀ ਫੋਰ ਮਾਈ ਐਗਜ਼ਾਮ, ਸੋ ਦੈਟ ਆਈ ਕੈਨ ਰਿਵਾਈਜ਼ ਐਵਰੀਥਿੰਗ ਬਿਫੋਰ ਗੋਇੰਗ ਟੂ ਦ ਐਗਜ਼ਾਮ ਸੈਂਟਰ। ਮੈਂ ਮਤਲਬ ਮੈਨੂੰ ਥੋੜ੍ਹਾ ਡਿਫੀਕਲਟ ਲੱਗਿਆ ਰਾਤ ਨੂੰ ਪੜ੍ਹਨ ਤੱਕ ਕਿ ਮੈਂ ਜਲਦੀ ਉੱਠ ਗਿਆ ਅਤੇ ਕੀ ਹੈ ਐਗਜ਼ਾਮ ਲਈ ਤਾਂ ਕਿ ਪ੍ਰਪੇਅਰ ਕਰਕੇ ਰਿਵਾਈਜ਼ ਕਰ ਸਕਾਂ। ਠੀਕ ਹੈ, ਤਾਂ ਫਿਰ ਮੈਂ ਐਗਜ਼ਾਮ ਸੈਂਟਰ ਤੋਂ ਜਾਣ ਤੋਂ ਪਹਿਲਾਂ ਆਈ ਸਲੈਪਟ ਅਰਾਊਂਡ 8 AM, 8 ਵਜੇ ਮੈਂ ਸੌਂ ਗਿਆ ਸੀਗਾ, ਸੋ ਦੈਟ ਆਈ ਕੁਡ ਵੇਕ ਅਪ ਅਰਲੀ। ਆਈ ਸੈੱਟ ਮਲਟੀਪਲ ਅਲਾਰਮਸ, ਬਹੁਤ ਸਾਰੇ ਅਲਾਰਮ ਸੈੱਟ ਕੀਤੇ ਫੋਨ ਦੇ ਉੱਤੇ ਟੂ ਮੇਕ ਸ਼ੋਰ ਦੈਟ ਆਈ ਵੋਕ ਅਪ ਔਨ ਟਾਈਮ, ਤਾਂ ਕਿ ਮੈਂ ਟਾਈਮ 'ਤੇ ਉੱਠ ਸਕਾਂ। ਐਜ਼ ਸੂਨ ਐਜ਼ ਆਈ ਗੋਟ ਅਪ ਆਈ ਵਾਸ਼ਡ ਮਾਈ ਫੇਸ ਐਂਡ ਮੇਡ ਸਮ ਟੀ ਫੋਰ ਮਾਈਸੈਲਫ, ਸੋ ਦੈਟ ਆਈ ਫੀਲ ਫਰੈਸ਼। ਟੀ ਬਣਾਈ ਉੱਠ ਕੇ ਆਪਦੇ ਲਈ। ਮਾਈ ਐਗਜ਼ਾਮ ਵਾਸ ਟੂ ਸਟਾਰਟ ਐਟ 9 AM, ਸੋ ਆਈ ਹੈਡ ਗੁੱਡ 5 to 6 hours ਟੂ ਰਿਵਾਈਜ਼ ਅ ਸਿਲੇਬਸ। ਡਿਊਰਿੰਗ ਦੋਜ 5 to 6 hours ਆਈ ਰੋਮੇਜਡ ਥਰੂ ਮਾਈ ਨੋਟਸ, ਮੈਂ ਨੋਟਸ ਪੜ੍ਹੇ ਆਪਣੇ। ਆਈ ਆਲਸੋ ਟੁੱਕ 2 to 3 ਬ੍ਰੇਕਸ ਇਨ ਬਿਟਵੀਨ ਐਂਡ ਡਿਡ ਸਮ ਮੈਡੀਟੇਸ਼ਨ ਟੂ ਰਿਲੈਕਸ ਮਾਈ ਸੈਲਫ। ਸਟੱਡਿੰਗ ਡਿਊਰਿੰਗ ਦੋਜ ਫਾਈਨਲ ਆਰਸ ਗੇਵ ਮੀ ਅ ਲੋਟ ਆਫ ਕੋਨਫੀਡੈਂਸ, ਕਾਫੀ ਸਾਰਾ ਕੋਨਫੀਡੈਂਸ ਮਿਲਿਆ ਮੈਨੂੰ ਸਵੇਰੇ ਪੜ੍ਹ ਕੇ। ਆਈ ਵਾਜ਼ ਏਬਲ ਟੂ ਰਿਮੈਂਬਰ ਐਵਰੀਥਿੰਗ ਦੈਟ ਆਈ ਵਾਜ਼ ਰਿਵਾਈਜ਼ਿੰਗ, ਮੈਂ ਚੰਗੀ ਤਰ੍ਹਾਂ, ਮੈਨੂੰ ਸਾਰਾ ਕਲੀਅਰ ਹੋ ਗਿਆ ਜਿਹੜਾ ਮੈਂ ਰਿਵਾਈਜ਼ ਕਰ ਰਿਹਾ ਸੀਗਾ, ਮੈਨੂੰ ਸਾਰਾ ਰਿਵਾਈਜ਼ ਹੋ ਗਿਆ। ਠੀਕ ਹੈ, ਮਾਈ ਪੇਰੈਂਟਸ ਆਲਸੋ ਫੈਲਟ ਪ੍ਰਾਊਡ ਟੂ ਸੀ ਮੀ ਪ੍ਰਪੇਅਰਿੰਗ ਰੀਅਲੀ ਹਾਰਡ ਫੋਰ ਮਾਈ ਐਗਜ਼ਾਮਸ, ਪੇਰੈਂਟਸ ਨੂੰ ਬਹੁਤ ਪ੍ਰਾਊਡ ਹੋਇਆ। ਫਾਈਨਲੀ ਆਈ ਵਾਜ਼ ਏਬਲ ਟੂ ਗੈਟ ਗੁੱਡ ਸਕੋਰ ਇਨ ਮਾਈ ਫਾਈਨਲਸ ਬਿਕੋਜ਼ ਆਈ ਵੋਕ ਅਪ ਐਕਸਟ੍ਰੀਮਲੀ ਅਰਲੀ ਇਨ ਦ ਮੋਰਨਿੰਗ, ਕਿਉਂਕਿ ਬਹੁਤ ਹੀ ਜਲਦੀ ਉੱਠਿਆ ਸੀ, ਇਸ ਕਰਕੇ ਮੇਰਾ ਸਕੋਰ ਕੀ ਬਹੁਤ ਵਧੀਆ ਆਇਆ ਸੀ। ਠੀਕ ਹੈ,